ਸਿੱਧੂ ਸਾਹਿਬ ਪਹਿਲਾ ਸਵਾਲ ਮੇਰਾ ਤੁਹਾਡੇ ਨਾਲ ਇਹ ਹੈ ਕਿ ਰਾਜਨੀਤੀ ਤਾਂ ਕੰਡਿਆਂ ਦਾ ਬਿਸਤਰਾ ਹੈ ਜੀ ਤੇ ਤੁਸੀਂ ਪਹਿਲਾਂ ਹੀ ਇੱਕ ਸਟਾਰ ਹੋ ਸਿਰਫ ਪੰਜਾਬ ਚ ਹੀ ਨਹੀਂ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੋ ਹਰ ਜਗ੍ਹਾ ਤੁਹਾਡੀ ਫੈਨ ਫਾਲਿੰਗ ਹੈ ਲੋਕ ਤੁਹਾਡੇ murid ਨੇ ਤਾਂ ਤੁਸੀਂ ਇਹ ਮਖਮਲ ਦਾ ਬਿਸਤਰਾ ਛੱਡ ਕੇ ਕੰਡਿਆਂ ਦੇ ਤਾਜ ਉੱਤੇ ਕਿਵੇਂ ਆ ਗਏ ਪਤਾ ਕੀ ਗੱਲ ਹੈ ਜੇ ਤੁਸੀਂ ਮੇਰੇ ਪਿਛਲੇ ਜੀਵਨ ਦੇ ਝਲਕ ਮਾਰੋ ਮੈਂ ਮਖਮਲ ਦਾ ਬਿਸਤਰਾ ਹੀ ਤਾਂ ਅੱਜ ਦਾ ਨਹੀਂ ਛੱਡਿਆ ਹੋਇਆ ਮੈਂ ਕਈ ਸਾਲਾਂ ਦਾ ਜਿੱਦਣ ਦਾ ਮੈਂ ਆਇਆ ਹੋਇਆ ਕਿ ਮੇਰੀ ਸ਼ੁਰੂ ਤੋਂ ਸਟ੍ਰੈਟਜੀ ਇਹ ਹੈ ਵੀ ਜਿਹੜਾ ਬੰਦਾ ਸਭ ਕੁਝ ਹੁੰਦੇ ਹੋਏ ਵੀ ਨਾ ਨੋਰਮਲ ਬਣ ਕੇ ਰਹਿੰਦਾ ਨਾ ਉਹਨੂੰ ਜਦੋਂ ਨੋਰਮਲ ਰਹਿ ਜਾਂਦਾ ਤਾਂ ਉਹਨੂੰ ਇਹਨਾਂ ਦੁੱਖ ਦਰਦ ਨਹੀਂ ਹੁੰਦਾ ਸੋ ਮੇਰੀ ਇਹ ਸ਼ੁਰੂ ਤੋਂ ਆਤ ਹੈ ਵੀ ਮੈਂ ਬਹੁਤ ਖੁਸ਼ ਆਇਆ ਦੁਨੀਆ ਤੇ ਬਹੁਤ ਚੀਜ਼ਾਂ ਆਈਆਂ ਹਨ ਮੈਨੂੰ ਸਟਾਰਟਮ ਵੀ ਮਿਲਿਆ ਦੁਨੀਆ ਲੋਕ ਜਾਣਦੇ ਰਹੇ ਹਨ ਮੈਨੂੰ ਪਰ ਪਰ ਮੇਰਾ ਸ਼ੁਰੂ ਤੋਂ ਸੁਭਾਏ ਸੀ ਕਿ ਮੈਂ ਆ ਜਿਹੜਾ ਟਾਈਮ ਆ ਮੇਰਾ ਪੀਕ ਟਾਈਮ ਆ ਮੈਂ ਨੋਰਮਲ ਬਣ ਕੇ ਰਹਿਣਾ ਕਿਉਂਕਿ ਜਦੋਂ ਕਿਤੇ ਮੇਰਾ ਕੱਲੋਂ ਨੌਨ ਫਾਲ ਆਵੇ ਤਾਂ ਮੈਨੂੰ ਇਹ ਨਾ ਲੱਗੇ ਵੀ ਯਾਰ ਮੈਨੂੰ ਲੋਕ ਛੱਡ ਗਏ ਕਿਉਂਕਿ ਮੈਂ ਇਹੋ ਜੇ ਕੋਈ ਮਹਿੰਗੇ ਸ਼ੌਕ ਜਾਂ ਮਹਿੰਗੀਆਂ ਯਾਨੀ ਕਿ ਯਾਨੀ ਕਿ ਸੁੱਖ ਸੁਵਿਧਾ ਮਾਨੀ ਮੈਂ ਉਹ ਚੀਜ਼ਾਂ ਲੈਣਾ ਨਹੀਂ ਸੀ ਚਾਹੁੰਦਾ ਜਿਹੜੀਆਂ ਮੈਨੂੰ ਬੈਕ ਇਨ ਦਾ ਕਿਉਂਕਿ ਹਰ ਇੱਕ ਚੀਜ਼ ਦਾ ਉਸੂਰ ਜ ਚੜਦੇ ਨੇ ਤਾਂ ਛਿਪਦੇ ਵੀ ਨੇ ਕਿਤੇ ਨਾ ਕਿਤੇ ਜਦੋਂ ਵੀ ਕਿਤੇ ਨਾ ਇਹ ਨਾ ਫੀਲ ਹੋਵੇ ਵੀ ਯਾਰ ਵੀ ਹੁਣ ਹਨਾ ਵੀ ਮੈਂ ਰਿਟਾਇਰਮੈਂਟ ਟਾਈਮ ਤੇ ਆ ਗਿਆ ਸੋ ਵੀ ਮੈਂ ਉਹੀ ਉਵੇਂ ਲੋਕਾਂ ਨਾਲ ਰਹਿਣਾ ਜਿਵੇਂ ਮੈਂ ਕਿੰਨਾ ਕਹਤੇ ਹੈ ਮੇਰਾ ਸੁਭਾਅ ਮੈਂ ਇਸ ਨੂੰ ਬਦਲ ਨਹੀਂ ਸਕਦਾ ਸੋ ਹਰ ਇੱਕ ਬੰਦੇ ਦਾ ਆਪੋ ਆਪਣਾ ਸਟ੍ਰੈਟੇਜੀ ਹੁੰਦੀ ਹੈ ਜ਼ਿੰਦਗੀ ਜਿਉਂਦੀ ਮੈਨੂੰ ਇਦਾਂ ਲੱਗਦਾ ਵੀ ਜੇ ਚੰਗੇ ਟਾਈਮ ਦੇ ਵਿੱਚ ਤੁਸੀਂ ਲੋਕਾਂ ਨਾਲ ਰਹਿੰਦੇ ਹੋ ਤਾਂ ਮਾੜੇ ਟਾਈਮ ਦੇ ਵਿੱਚ ਲੋਕ ਤੁਹਾਡਾ ਸਾਥ ਦਿੰਦੇ ਪਰ ਲੋਕ ਤਾਂ ਸਿੱਧੂ ਸਾਹਿਬ ਇਹ ਵੀ ਕਹਿੰਦੇ ਆ ਵੀ ਤੁਹਾਡੀ ਜਿਹੜੀ ਈਮੇਜ ਹੈ ਬਹੁਤ ਅੜੀਅਲ ਹੈ ਬਹੁਤ ਚੱਕ ਦੋ ਚੱਕ ਦੋ ਵਾਲੀ ਈਮੇਜ ਹੈ ਤੇ ਇਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੈਂ ਹਮੇਸ਼ਾ ਲੋਕਾਂ ਨਾਲ ਸਿੰਪਲ ਰਹੇ ਹਾਂ ਹੋ ਰਹੇ ਹਾਂ ਜੱਟ ਕੀ ਤੁਹਾਡੇ ਗਾਣਿਆਂ ਦੇ ਵਿੱਚ ਹਮੇਸ਼ਾ ਚੱਕ ਦੋ ਚੱਕ ਦੋ ਵਾਲੀ ਫੀਲਿੰਗ ਹੀ ਆਈ ਹੈ ਕੀ ਜਿਹੜਾ ਤੁਹਾਡਾ ਕਿਰਦਾਰ ਹੈ ਸਕਰੀਨ ਦਾਲ ਕਿੰਨਾਕ ਮੈਚ ਕਰਦਾ ਸਕਰੀਨ ਦੇ ਬਰਾਬਰ ਹੈ ਉਸ ਤੋਂ ਘੱਟ ਹੈ ਜਾਂ ਸਕਰੀਨ ਤੇ ਤੁਸੀਂ ਟੋਟਲ ਉਲਟ ਹੋ ਤੇ ਵੈਸੇ ਟੋਟਲ ਉਲਟ ਹੋ ਪਤਾ ਕੀ ਗੱਲ ਹੈ ਜੀ ਚੱਕ ਦੋ ਚੱਕ ਦੋ ਮੈਨੂੰ ਦੁਨੀਆ ਨੇ ਪਸੰਦੀ ਏਦਾਂ ਕੀਤਾ ਤੇ ਦੂਜੀ ਗੱਲ ਇਹ ਹੈ ਵੀ ਮੈਂ ਅੜੀਅਲ ਜੇ ਮੈਂ ਕਹਾਂ ਮੈਂ ਅੜੀਅਲ ਨਹੀਂ ਹੈਗਾ ਮੈੜੀਅਲ ਹੈਗਾ ਪਰ ਮੈਂ ਚੰਗੀਆਂ ਚੀਜ਼ਾਂ ਨਹੀਂ ਅੜ ਕੇ ਕੀ ਫਾਇਦਾ ਕਰੋਗੇ ਤੁਸੀਂ ਮਾਨਸਾ ਦੇ ਲੋਕਾਂ ਦਾ ਅੜ ਕੇ ਫਾਇਦਾ ਕੀਤਾ ਹੀ ਹੈ ਜੀ ਹੁਣ ਤਾਂ ਮੈਂ ਹੁਣ 15 ਦਿਨਾਂ ਦੇ ਵਿੱਚ ਜਿਹੜਾ ਅੜਨ ਦਾ ਬਹੁਤ ਜ਼ਿਆਦਾ ਫਾਇਦਾ ਮਿਲ ਗਿਆ ਕਿ ਭਿੱਖੀ ਦੀ ਸਬ ਡਿਵੀਜ਼ਨ ਬਣ ਗਈ ਸਾਰਾ ਪਿੰਡਾਂ ਦੀਆਂ ਲਿਸਟਾਂ ਮਿਲ ਗਈਆਂ ਉਹਨਾਂ ਨੂੰ ਤੇ 1.15 ਦਿਨਾਂ ਦੇ ਵਿੱਚ ਘੜਕੜ 7.5 ਕਰੋੜ ਰੁਪਇਆ ਦਵਾਤ ਮਤਲਬ ਤੁਸੀਂ ਆਪਣੇ ਵਿਰੋਧੀਆਂ ਨੂੰ ਕਹਿੰਦੇ ਹੋ ਮੈਂ ਆਈਡੀਅਲ ਸਭਾ ਨਹੀਂ ਛੱਡਾਂਗਾ ਨਹੀਂ ਕਿਹੜੀ ਗੱਲ ਤੇ ਛੜਨਾ ਚੰਗੀਆਂ ਚੀਜ਼ਾਂ ਲਈ ਆਈਡੀਅਲ ਹੋਣਾ ਜ਼ਰੂਰੀ ਹੈ ਆਪਦੇ ਹੱਕਾਂ ਲਈ ਆਈਡੀਅਲ ਹੈਗੀਆਂ ਤੇ ਰਾਵਾਂਗੇ ਹਨਾ ਜੇ ਹੁਣ ਆਪਣੇ ਹੱਕਾਂ ਪਿੱਛੇ ਅਸੀਂ ਐ ਕਰਨ ਲੱਗੇ ਵੀ ਨਹੀਂ ਜੀ ਚਲੋ ਕੋਈ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਐਂਗੇ ਕਿ ਤੱਕ ਕਦੇ ਵੀ ਕੁਝ ਨਾ ਕੁਝ ਨਾ ਐਸ ਮੰਗੇ ਤੇ ਦੁਜੇ ਸਾਰੀ ਦੁਨੀਆ ਮੰਗੇ ਤੇ ਰਾਜ ਮਿਲਦੇ ਹੁੰਦੇ ਫਿਰ ਕਦੀਆਂ ਗੱਲਾਂ ਸੀ ਨਾ ਸਿਆਸੀ ਗੁਰੂ ਸਿੱਧੂ ਸਾਹਿਬ ਤੁਹਾਡਾ ਕੌਣ ਹੈ ਨਵਜੋਤ ਸਿੰਘ ਸਿੱਧੂ ਨੇ ਸਰਦਾਰ ਚੰਨੀ ਸਾਹਿਬ ਨੇ ਜਾਂ ਫਿਰ ਰਾਜਾ ਵੜਿੰਗ ਸਾਹਿਬ ਨੇ ਕੌਣ ਨੇ ਸਿਆਸੀ ਗੁਰੂ ਸਿਆਸੀ ਗੁਰੂ ਮੇਰਾ ਇਥੋਨੀ ਜਨਤਾ ਹੈ ਜਿਹੜੀ ਮੈਨੂੰ ਇੰਨੇ ਤਜਰਬੇ ਦੇ ਰਹੀ ਹੈ ਪਣਾ ਕੱਲੇ ਕੱਲੇ ਪਿੰਡ ਦੀ ਕੱਲੇ ਕੱਲੇ ਮੈਂ ਕਹਿੰਦਾ ਵੀ ਮਹੱਲੇ ਦੀ ਇੱਕ ਵੱਖਰੀ ਕਹਾਣੀ ਹੈ ਸੋ ਮੈਂ ਕਹਿੰਦਾ ਵੀ ਮੈਨੂੰ ਸਿਆਸੀ ਗੁਰੂ ਉਥੋਂ ਦੇ ਪਿੰਡਾਂ ਦੇ ਲੋਕ ਹਨ ਆਹ ਪਿੰਡ ਮੇਰਾ ਹਲਕਾ ਹੈ ਮੇਰਾ ਸਿਆਸੀ ਗੁਰੂ ਕਿਉਂਕਿ ਮੈਨੂੰ ਉਹ ਬਹੁਤ ਪਛੇਦੀਆਂ ਜਿਹੜੀਆਂ ਜਿੰਨੇ ਦਾਅ ਪੇਚ ਨੇ ਮੇਰਾ ਹਲਕਾ ਸਖਾਰਿਆ ਹੈ